ਮੇਰਾ ਨਾਮ ਗੌਰਵ ਹੈ ਜੀ। ਗੌਰਵ, ਕੀ ਕੁਝ ਵਾਰਦਾਤ ਹੋਈ? ਕਹਿੰਦੇ ਬਹੁਤ ਜ਼ਿਆਦਾ ਨਕਦੀ ਤੋਂ ਸੋਨਾ ਲੈ ਕੇ। ਮੇਰੇ ਬ੍ਰਦਰ ਹੈ ਜੀ, ਮੇਰੇ ਬ੍ਰਦਰ ਦਾ ਘਰ ਹੈ ਅਤੇ ਅਸੀਂ 3 ਵਜੇ ਤੋਂ 3 ਵਜੇ 2:30 ਤੋਂ 3-4 ਵਜੇ ਦੇ ਵਿੱਚ ਤੱਕ ਇਹ ਚੋਰੀ ਹੋਈ ਆ ਸਾਡੇ ਕੋਲੋਂ। 23 ਤੋਲੇ ਸੋਨਾ ਅਤੇ 4.5 ਲੱਖ ਰੁਪਇਆ ਕੈਸ਼ ਇਹ ਲੈ ਗਏ ਆ ਅਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਆ ਅਤੇ ਉਹ ਸਵੇਰੇ ਆਏ ਸੀਗੇ। ਉਹ ਅੱਗੇ ਆਪਣਾ ਆਸ਼ਵਾਸਨ ਦੇ ਗਏ ਆ ਅਤੇ ਉਹਨਾਂ ਕੋਲ ਸੋਨੇ ਦਾ ਜਿਹੜਾ ਸਕੈਨਰ ਹੁੰਦਾ, ਜਿਹੜਾ ਸੋਨਾ ਸਕੈਨ ਕਰ ਲੈਂਦੇ ਆ, ਉਹ ਵੀ ਉਹਨਾਂ ਦੇ ਕੋਲ ਸੀਗਾ। ਜਿੱਦਾਂ ਹੀ ਵੜੇ ਆ ਉਹਨਾਂ ਨੂੰ ਉਹ ਮਸ਼ੀਨ ਨੇ ਸੋਨਾ ਸਕੈਨਰ ਕਰਤਾ ਆ, ਉੱਥੋਂ ਹੀ ਚੱਕਿਆ ਉਹਨਾਂ ਨੇ, ਉਹ ਲੈ ਗਏ ਅਤੇ ਜਿਹੜਾ ਡੁਪਲੀਕੇਟ ਸੀ ਪੀ ਸੀਗੀ ਉਹ ਐਜ਼ ਇਟ ਇਜ਼ ਉੱਥੇ ਹੀ ਛੱਡ ਗਏ ਹੋਏ ਆ। ਹਾਂ, ਕਿਉਂਕਿ ਉਹ ਡੁਪਲੀਕੇਟ ਸੀ, ਹਜੇ ਉੱਦਾਂ ਹੀ ਪਿਆ ਹੋਇਆ ਅਤੇ ਜਿਹੜਾ ਆਪਣਾ ਓਰੀਜਨਲ ਹੈ ਸਾਰਾ ਹੀ, ਉਹ ਸਾਰਾ ਕੁਛ ਲੈ ਗਏ ਵੇ, ਡਾਇਮੰਡ ਸੈੱਟ ਵੀ ਵਗੈਰਾ ਵੀ ਸਾਰਾ ਕੁਛ। ਹੁਣ ਬਸ ਸਾਡੇ ਨਾਲ ਇਹ ਮੰਗ ਹੈ ਜੀ, ਸਾਡਾ ਜਿਹੜਾ ਇੰਨਾ ਭਾਰਾ ਨੁਕਸਾਨ ਹੋ ਗਿਆ ਆ, ਸਾਨੂੰ ਛੇਤੀ ਛੇਤੀ ਇਹਦਾ ਮੁਆਵਜ਼ਾ ਦਿਵਾਇਆ ਜਾਵੇ। 4 ਘਰਾਂ 'ਚ ਬਈ ਹੋਈ ਵਾਰਦਾਤ ਅਤੇ ਸਾਡੇ ਘਰ 'ਚ ਗ੍ਰਿਲ ਪੱਟ ਕੇ ਅੰਦਰ ਵੜੇ ਆ ਅਤੇ ਨਕਦੀ ਲੈ ਗਏ 4.5 ਦੇ ਕੋਲ ਅਤੇ 20-22 ਤੋਲੇ ਸੋਨਾ, 2 ਬਾਈਕਾਂ ਲੈ ਕੇ ਗਏ ਅੱਗੋਂ ਮੁਹੱਲੇ 'ਚੋਂ ਅਤੇ ਇੱਕ ਇੱਧਰ ਵੀ ਆਪਣੇ ਗੁਆਂਢੀ ਹੈਗੇ, ਉਹਨਾਂ ਦੇ ਘਰ ਵੀ ਵੜੇ ਆ, ਉਹਨਾਂ ਦੇ 4-5 ਘਰਾਂ ਨੂੰ ਜਿਹੜਾ ਅੰਜਾਮ ਦਿੱਤਾ। ਹਾਂਜੀ ਹਾਂਜੀ, 6 ਜਣੇ ਸੀ ਬਈ ਇਹ। ਤੇ ਕੋਈ ਸੀਸੀਟੀਵੀ ਵੀਡੀਓ ਵਗੈਰਾ ਚ ਆਏ ਆ ਬੰਦੇ? ਸੀਸੀਟੀਵੀ ਚ ਆਏ ਆ ਬਈ, 6 ਜਣੇ ਹੈਗੇ ਆ, ਪ੍ਰੋਪਰ ਪਿੱਠੂ ਵਗੈਰਾ ਪਾਏ ਹੋਏ ਇਹਨਾਂ ਨੇ, ਪ੍ਰੋਪਰ ਤਿਆਰੀ ਨਾਲ ਇਹ ਰੈਂਚ ਰੂੰਚ ਸਭ ਕੁਝ ਫੜਿਆ ਹੋਇਆ ਹੱਥਾਂ 'ਚ। ਕਹਿੰਦੇ ਮੈਟਲ ਡਿਟੈਕਟਰ ਤੱਕ ਉਹਨਾਂ ਦੇ ਹੱਥਾਂ ਦੇ ਵਿੱਚ ਉਹ ਵੀ ਹੈਗਾ ਹੈ, ਉਹ ਵੀ ਉਹਨਾਂ ਦੀ ਵੀਡੀਓ 'ਚ ਆਇਆ ਹੈ, ਉਹ ਡਿਟੈਕਟ ਕਰਦੇ ਵੀ ਕਿੱਥੇ ਕਿੱਥੇ ਕੋਈ ਮੈਟਲ ਹੈਗਾ ਹੈ। ਕੋਈ ਹਥਿਆਰ ਵਗੈਰਾ ਤਾਂ ਨਹੀਂ ਉਹਨਾਂ ਦੇ ਹੱਥਾਂ ਦੇ ਵਿੱਚ ਜਿੱਦਾਂ ਲੱਗਿਆ ਤੁਹਾਨੂੰ ਵੀਡੀਓ ਦੇ ਵਿੱਚ? ਵੀਡੀਓ 'ਚ ਆਏ ਆ, ਸਮਾਨ ਸਮੂਨ ਸੱਬਲ ਸੁੱਬਲ ਸਭ ਕੁਝ ਫੜਿਆ ਪਿਆ ਉਹਨਾਂ ਨੇ, ਪੂਰੀ ਤਿਆਰੀ ਨਾਲ ਆਏ ਹੈ। ਲੱਗਦਾ ਨਹੀਂ ਜੇ ਸੁਰੱਖਿਆ ਪ੍ਰਬੰਧ ਤੋਰੇ ਕਰ ਰਹੇ ਹੁੰਦੇ ਤਾਂ ਇਸ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕਦੇ, ਪਰ ਬਹੁਤ ਹਾਲਾਤ ਜਿਹੜੇ ਤਲਵਾੜੇ ਦੇ ਖਾਸ ਕਰਕੇ ਜਾਂ ਹੁਸ਼ਿਆਰਪੁਰ ਦੇ ਸੁਰੱਖਿਆ ਪ੍ਰਬੰਧ ਬਹੁਤ ਢਿੱਲੇ ਨੇ, ਜਿਸ ਕਾਰਨ ਆਏ ਦਿਨ ਇੱਦਾਂ ਦੀਆਂ ਵਾਰਦਾਤਾਂ ਹੋ ਰਹੀਆਂ। ਸਾਡੇ ਮੁਹੱਲੇ ਤਾਂ ਭਾਈ ਕਦੀ ਹੋਇਆ ਹੀ ਨਹੀਂ ਸੀ, ਇਹ ਪਹਿਲੀ ਵਾਰ ਹੈ ਅਤੇ ਹੁਣ ਤਾਂ ਆਪਾਂ ਨੂੰ ਵੀ ਲੱਗ ਰਿਹਾ ਵੀ ਹੈਗਾ ਸੁਰੱਖਿਆ ਬਹੁਤ ਢਿੱਲ ਹੋ ਰਹੀ ਹੈ। ਲੱਗਦਾ ਪੁਲਿਸ ਨੂੰ ਜਿਹੜੀ ਚੌਕਸੀ ਵਰਤਣੀ ਚਾਹੀਦੀ ਹੈ ਸਭ ਕੁਛ? ਹਾਂਜੀ, ਪੁਲਿਸ ਵਾਲੇ ਆਸ਼ਵਾਸਨ ਦੇ ਕੇ ਗਏ ਆ ਕਿ ਜਲਦੀ ਤੋਂ ਜਲਦੀ ਆਪਾਂ ਫੜਾਂਗੇ ਬੰਦਿਆਂ ਨੂੰ, ਪ੍ਰੋਪਰ ਸਰਚ ਕਰ ਰਹੇ ਹਾਂ ਆਪਾਂ, ਟੀਮਾਂ ਲਾਤੀਆਂ, ਦੇਖੋ ਹੁਣ ਅੱਗੇ। ਉਮੀਦ ਹੈ ਜਲਦ ਫੜ ਲੈਣਗੇ ਚੋਰਾਂ? ਉਮੀਦ ਤਾਂ ਬੁਰੀ ਹੈ ਜੀ, ਪੂਰਾ ਕਹਿ ਕੇ ਗਏ ਆ, ਬਾਕੀ ਦੇਖਦੇ। ਤੇ ਹੁਣ SSP ਹੁਸ਼ਿਆਰਪੁਰ ਜਾਂ ਪੰਜਾਬ ਸਰਕਾਰ ਅੱਗੇ ਕੀ ਮੰਗ ਰੱਖਣੀ ਚਾਹੁੰਦੇ? ਮੰਗ ਇਹੀ ਹੈ ਭਾਜੀ, ਦੇਖੋ ਨੁਕਸਾਨ ਬਹੁਤ ਹੋ ਗਿਆ, ਪੂਰੀ ਜ਼ਿੰਦਗੀ ਦੀ ਬੰਦੇ ਦੀ ਕਮਾਈ ਹੁੰਦੀ ਹੈ, ਬੰਦਾ ਜੋੜ ਜੋੜ ਕੇ ਰੱਖਦਾ ਅਤੇ ਇੱਕੋ ਝਟਕੇ ਚੱਲ ਜਾਏ ਤਾਂ ਫਿਰ ਬੰਦੇ ਦੇ ਪੱਲੇ ਕੀ ਰਹਿ ਜਾਂਦਾ। ਅਤੇ ਇਹੀ ਆ ਵੀ ਫੜੇ ਜਾਂ ਚੋਰ ਜਲਦੀ ਤੋਂ ਜਲਦੀ ਤਾਂ ਕਿ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਇੱਦਾਂ ਦਾ। ਮੇਰਾ ਨਾਮ ਸੋਨਮ ਹੈ ਜੀ, ਤਲਵਾੜਾ ਦੇ ਰਹਿਣ ਵਾਲੇ ਹਾਂ ਅਤੇ ਚੋਰ 6 ਜਣੇ ਸੀਗੇ ਆਏ, ਜੋ ਕਿ ਸਾਨੂੰ ਰਿਕਾਰਡਿੰਗ 'ਚ ਅਸੀਂ ਦੇਖਿਆ ਅਤੇ ਅੰਦਰੋਂ ਸਾਡੇ ਕੈਸ਼ ਲੈ ਗਏ 4-4.5 ਲੱਖ ਅਤੇ ਬਾਕੀ 20-22 ਤੋਲੇ ਸੋਨਾ ਸੀਗਾ ਅਤੇ ਸੋਨਾ ਵੀ ਸਾਡਾ ਗਿਆ ਜੀ। ਸਾਨੂੰ ਕੁਛ ਨਹੀਂ ਪਤਾ ਲੱਗਾ, ਕੋਈ ਹੋਸ਼ ਨਹੀਂ, ਕੋਈ ਕੁਛ ਨਹੀਂ, ਸਾਨੂੰ ਅੰਦਰ ਕਮਰੇ 'ਚ ਲੋਕ ਕਰਤਾ ਬਾਹਰੋਂ ਉਹਨਾਂ ਨੇ, ਤਾਂ ਕਿ ਅਸੀਂ ਬਾਹਰ ਹੀ ਨਾ ਆ ਪਾਈਏ। ਇਹ ਵਾਲਾ ਮੇਨ ਗੇਟ ਹੈ ਵੀ ਸਾਡਾ ਲੋਕ ਕਰਤਾ, ਅੰਦਰ ਰੂਮ ਵੀ ਸਾਡੇ ਲੋਕ ਕਰਤਾ। ਕਿਸ ਤਰ੍ਹਾਂ ਪਤਾ ਸਵੇਰੇ ਪਤਾ ਲੱਗਿਆ? ਸਵੇਰੇ ਅਸੀਂ 5 ਵਜੇ ਉੱਠੇ ਤਾਂ ਅਸੀਂ ਦਰਵਾਜ਼ਾ ਖੜਕਾਇਆ ਅਤੇ ਖੁੱਲ੍ਹੇ ਨਾ ਦਰਵਾਜ਼ਾ, ਤਾਂ ਅਸੀਂ ਫਿਰ ਘਬਰਾ ਗਏ ਕਿ ਪਤਾ ਨਹੀਂ ਕੀ ਹੋਇਆ। ਫਿਰ ਸਾਥ ਨਾਲ ਵਾਲੇ ਪੜੋਸੀਆਂ ਨੂੰ ਫੋਨ ਕੀਤਾ, ਉਹਨਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ, ਤਾਂ ਅਸੀਂ ਫਿਰ ਬਾਹਰ ਆ ਕੇ ਦੇਖਿਆ, ਇੱਧਰੋਂ ਫਿਰ ਸਾਰਾ ਹੋਇਆ ਪਿਆ ਸੀ ਸਾਰਾ। ਲੱਗਦਾ ਨਹੀਂ ਇਲਾਕੇ 'ਚ ਸੇਫਟੀ ਦੇ ਪ੍ਰਬੰਧ? ਸੇਫਟੀ ਹਾਂਜੀ, ਸ਼ੱਕ ਤਾਂ ਹੁੰਦਾ ਜੀ, ਇੰਨਾ ਮਤਲਬ ਕਿ ਕਿੱਦਾਂ ਹੋ ਸਕਦਾ, ਕਦੇ ਅੱਜ ਤੱਕ ਇਹ ਗੱਲ ਹੋਈ ਨਹੀਂ, ਪਰ ਹੁਣ ਪਤਾ ਨਹੀਂ ਕਿੱਦਾਂ ਇਹ ਹੋ ਗਿਆ, ਪਰ ਸਾਡੀ ਤਾਂ ਸਾਰੀ ਉਮਰ ਦੀ ਕਮਾਈ ਗਈ ਜੀ, ਕੀ ਕਹੀਏ ਅਸੀਂ। ਉਹਦੀ ਉਮਰ ਲੱਗ ਜਾਂਦੀ ਬੰਦੇ ਨੂੰ ਪੈਸਾ, ਸਾਰੀ ਉਮਰ ਜੀ ਪਾਈ ਪਾਈ ਕਰਕੇ ਜੋੜ ਜੋੜ ਕੇ ਚੀਜ਼ਾਂ ਬਣਦੀਆਂ, ਅੱਜ ਕੱਲ੍ਹ ਇੰਨੀ ਮਹਿੰਗਾਈ, ਸਬਜ਼ੀ ਭਾਜੀ ਨਹੀਂ ਆਉਂਦੀ ਅੱਜ ਕੱਲ੍ਹ ਇੰਨੀ ਸਸਤੀ, ਅਤੇ ਇਹ ਤਾਂ ਤੁਸੀਂ ਬਸ ਬਹੁਤ ਬੁਰਾ ਹਾਲ ਹੈ ਜੀ ਸਾਡਾ, ਕੀ ਕਰੀਏ। ਟੋਟਲ ਕਿੰਨੇ ਕੁ ਲੱਖ ਦਾ ਨੁਕਸਾਨ ਲੱਗਦਾ ਜਿਹੜਾ ਹੋ ਗਿਆ?
ਨੁਕਸਾਨ ਜੀ ਹੋ ਹੀ ਗਿਆ 20-22 ਲੱਖ ਦਾ। ਹਾਂਜੀ ਆਏ ਸੀ, ਸਾਰੀ ਇਨਵੈਸਟੀਗੇਸ਼ਨ ਕਰ ਗਏ, ਰਿਪੋਰਟ ਸਟੇਟਮੈਂਟ ਵਗੈਰਾ ਲੈ ਗਏ, ਬਾਕੀ ਕਹਿੰਦੇ ਅੱਗੇ ਕਾਰਵਾਈ ਕਰ ਰਹੇ।